जी स्वागत है ਤੁਹਾਡਾ ਸਾਕੀ ਗੈਂਗਸਟਰ ਤੇ ਮੈਂ ਅੱਜ ਕ੍ਰਿਕਟ ਖੇਡਣ ਆ ਗਿਆ ਅੱਗੇ ਸੀਗਾ ਬਸ ਮਸਰੂਫ ਰਿਹਾ ਸੀ ਤੇ ਅੱਜ ਮੈਂ ਆ ਗਿਆ ਕ੍ਰਿਕਟ ਖੇਲਣ ਤੇ ਅੱਜ ਫਿਰ ਮੈਂ ਬੈਟਿੰਗ ਤੇ ਦਿਖਾਉਂਗਾ ਆਪਣੀ ਫਲਿੱਕਾਂ ਜਿੱਦਾਂ ਮਾਰਨੀਆਂ ਬੋਲਿੰਗ ਤੇ ਜੁੱਤੀਆਂ ਬਹੁਤ ਪੈਣਦੀਆਂ ਅੱਜ ਕੱਲ੍ਹ ਤੇ ਫਿਰ ਮੈਂ ਛੱਡ ਗਿਆ ਵਾਂ ਬੋਲਿੰਗ ਤੇ ਬੈਟਿੰਗ ਤੇ ਫਿਰ ਮੈਂ ਜ਼ਰੂਰ ਕਰੂੰਗਾ ਹੁਣ ਸਾਡੀ ਫੀਲਡਿੰਗ ਆ ਗਈ ਤੇ ਬੈਟਿੰਗ ਦੀ ਵਾਰੀ ਥੋੜ੍ਹੀ ਲੇਟ ਆ ਤੇ ਮੇਰੇ ਛੱਕਿਆਂ ਦਾ ਮੈਂ ਤੁਹਾਨੂੰ ਆਸ਼ਨਾ ਕਰਾਂਗਾ ਤੇ ਫਿਰ ਮੈਂ ਫੀਲਡਿੰਗ ਕਰ ਲਾਂ ਇਸ ਤੋਂ ਪਹਿਲੇ ਕਿ ਮੇਰੇ ਕੋਲ ਜ਼ਿਆਦੀਆਂ ਛੁੱਟਣ ਪਿੱਚ ਤੇ ਬਾਕੀ ਗਰਾਊਂਡ ਦਾ ਵੀਊ ਮੈਂ ਤੁਹਾਨੂੰ ਕਰਾ ਦਿੰਦਾ ਬਾਕੀ ਫਿਰ ਬੈਟਿੰਗ ਬਾਕੀ ਸਹੀ ਹੈ ਇਹ ਸਾਡੀ ਪਿੱਚ ਔਰ ਇਹ ਦੂਜੀ ਟੀਮ ਪਿੰਡ ਦੀ ਆ ਮੁੰਡੇ ਪਿੰਡ ਦੇ ਆਪਸ ਮੇਂ ਮੁੰਡੇ ਸਾਰੇ ਮਿਲ ਮਿਲਾ ਖੇਲਦੇ ਤੇ ਬਾਉਂਡਰੀ ਸਾਡੀ ਆ ਰਹੀ ਉਹ ਮੇਰਾ ਮੋਟਰਸਾਈਕਲ ਖੜਾ ਇੱਕ ਫੀਲਡਰ ਉਹ ਬਹਿ ਗਿਆ ਉਹਨੇ ਥੱਕ ਗਿਆ ਅੱਜ ਗੇਂਦ ਪਹਿਲੀ ਨਹੀਂ ਫੜੀ ਔਰ ਇਹ ਕੀਪਰ ਤੇ ਇਹ ਸਾਰੀ ਇੱਕ ਪਿੰਡ ਦੀ ਸਾਰੀਆਂ ਟੀਮ ਮੈਂ ਦੋ ਟੀਮਾਂ ਬਣਾ ਲਈ ਦੀਆਂ ਮੁੰਡੇ ਇੰਨੇ ਹੁੰਦੇ ਆ ਤੇ ਸਾਡੇ ਫਾਸਟ ਬੋਲਿੰਗ ਘੱਟ ਹੈ ਖਲੋ ਕੇ ਵੱਟਾ ਜ਼ਿਆਦਾ ਵੱਜਦਾ ਇਹਨੂੰ ਕਹਿੰਦੇ ਪਾਕਿਸਤਾਨ ਤਰੱਕੀ ਹਾਂਜੀ ਤੇ ਠੀਕ ਆ ਹੁਣ ਥੋੜ੍ਹੀ ਫੀਲਡਿੰਗ ਕਰ ਲਈਏ ਫਿਰ ਬੈਟਿੰਗ ਬਾਕੀ ਤੁਹਾਨੂੰ ਬੈਟਿੰਗ ਵਿਖਾਉਂਗੇ ਥੋੜ੍ਹੀ ਜਿਹੀ ਪਹਿਲੇ ਓਵਰ 'ਚ ਹੋ ਗਿਆ 14 ਸਕੋਰ ਇਹ ਬਹੁਤ ਥੋੜ੍ਹਾ ਸਕੋਰ ਖਾਧਾ ਵਾ ਇਹ ਸਮੇਂ ਤੋਂ ਸਾ ਸ਼ਾਬਾਸ਼ ਲੱਭੀ ਬੋਲਰ ਨੂੰ ਅਤੇ ਆ ਗਿਆ ਸਾਡਾ ਨਵਾਂ ਬੋਲਰ ਅਤੇ ਉਹ ਵੀ ਚੈੱਕ ਕਰਾਉਂਦੀ ਚਲੋ ਜੀ ਹੁਣ ਸਾਡਾ ਉਸਤਾਦ ਆਇਆ ਉਸਤਾਦ ਨਵਾਜ਼ ਬੋਲਿੰਗ 'ਤੇ ਅਤੇ ਵੱਡੀ ਸ਼ਾਟ ਮਾਰੀ ਆਦਲ ਉਸਤਾਦ ਨੇ ਠੀਕ ਆ ਇੱਕ ਲੱਗ ਗਿਆ ਸਾਨੂੰ ਉਸਤਾਦ ਦੀ ਬੋਲਿੰਗ ਫਿਰ ਜਾਰੀ ਐਚ ਗਿਆ ਮੇਰੇ ਕੋਲ ਛੁੱਟ ਅਤੇ ਸਕੋਰ ਤਾਂ ਵੈਸੇ ਉਸਤਾਦ ਨੂੰ 8 ਹੀ ਲੱਗਾ ਵਾ ਅਤੇ ਉਹਦੇ ਨੇ ਛੱਕੇ ਨਹੀਂ ਮਾਰੇ ਅਤੇ ਹੁਣ ਮੈਂ ਝੱਟ ਜੇਬ 'ਚ ਹੀ ਪਾ ਲਾਂ ਨਹੀਂ ਤਾਂ ਮੈਨੂੰ ਬਹੁਤ ਗਾਲਾਂ ਪੈਣੀ ਉਹਨਾਂ ਕਹਿਣਾ ਵੀ ਲੋਕ ਜਾਪ ਤੂੰ ਫੀਲਡਿੰਗ ਤੋਂ ਬਹਿ ਜਾ ਲੋ ਲਾਲੇ ਦੀ ਜਾਨ ਇਹ ਵੀ ਗਿਆ ਆਊਟ ਹੋ ਦੋ ਲਗਾਤਾਰ ਆਊਟ ਹੋ ਗਏ ਇਹਨਾਂ ਦੇ ਲੈ ਇਹਨਾਂ ਦਾ ਉਹਦਾ ਬੈਟਸਮੈਨ ਉਹਦੇ ਤਾਂ ਮਰਾਦ ਵੀ ਛੱਕੇ ਮਾਰਦਾ ਅਤੇ ਅੱਗੇ ਵੀ ਇੱਦਾਂ ਵੀਡੀਓ ਕ੍ਰੀਏਟ ਕਰ ਰਿਹਾ ਸੀ ਮੇਰੇ 'ਤੇ ਕੈਚ ਆ ਗਿਆ ਸੀ ਬੈਟਿੰਗ ਤਾਂ ਚੰਗੀ ਕਰਦਾ ਇਹ ਨਾਲ ਅਦਨਾਨ ਚੌਧਰੀ ਦੋਸਤ ਸਾਡੀ ਸਾਨੂੰ ਟਾਰਗੇਟ ਲੱਭਾ 130 ਦਾ ਉਤਲਾ ਜਿਹੜਾ 30 ਆ ਉਹ ਬਿਲਕੁਲ ਮੈਨੂੰ ਲੱਗਾ ਅਤੇ ਸਾਡੇ ਵਾਲੇ ਹੁਣ ਖੇਡਣ ਦੇ ਆ ਅਤੇ ਉਹਨਾਂ ਮੇਰੀ ਬੜੀ ਰੂਹ ਨਾਲ ਉਹਨਾਂ ਨੇ ਯੰਤਰ ਕੀਤਾ ਅਤੇ ਮੈਂ ਕਿਹਾ ਵੀ ਉਹਦੀ ਕੀ ਵੀਡੀਓ ਬਣਾਉਣੀ ਆ ਉਹ ਮੈਂ ਬਣਾ ਲਿਆ ਮੈਂ ਆਪਦੀ ਤੁਹਾਨੂੰ ਬੈਟਿੰਗ ਵਿਖਾਉਂਦਾ ਮੇਰੇ ਤੋਂ ਪਹਿਲੇ ਜਿਹੜੇ ਗਏ ਉੱਤੋਂ ਮੈਂ ਵੀ ਜਾਊਂਗਾ ਅਤੇ ਠੀਕ ਆ ਫਿਰ ਵਿਖਾਉਂਦਾ ਬੈਟਿੰਗ ਹੋ ਗਿਆ 4 ਹੋ ਗਿਆ ਲੋ ਜੀ ਸਾਡੀ ਬੈਟਿੰਗ ਚੱਲ ਰਹੀ ਹਸਨ ਪਿੱਛੇ ਹੋ ਜਾ ਹਸਨ ਪਿੱਛੇ ਹੋ ਜਾ ਉਸਤਾਦ ਪੂਰੇ ਕਹਿਰ ਚ ਸਾਨ ਨੇ ਛੱਕੇ ਮਾਰਨੇ ਸਾਰੇ ਕਿਆ ਸ਼ਾਟ ਥਾ ਬਹੁਤ ਸੋਹਣਾ ਸ਼ਾਟ ਮਾਰਤਾ ਸਾਡਾ 130 ਦਾ ਸਾਨੂੰ ਟਾਰਗੇਟ ਲੱਭਾ ਵਾ 8 ਓਵਰਾਂ 'ਚ ਸ਼ਾਟ ਬਹੁਤ ਸੋਹਣਾ ਸ਼ਾਟ ਆ ਉਸਤਾਦ ਦਾ ਔਰ ਆਊਟ ਹੋ ਗਿਆ ਮੇਰੀ ਵਾਰੀ ਆ ਗਈ ਮੇਰੀ ਤੇ ਗਈ ਵਿਕਟ ਨਿਕਲ ਤੇ ਹੁਣ ਆ ਗਿਆ ਦੂਜਾ ਪਲੇਅਰ ਤੇ ਦੂਜਾ ਪਲੇਅਰ ਵੀ ਉਹਦੀ ਵਿਕਟ ਨਿਕਲ ਗਈ ਮੈਂ ਵਿਖਾਉਣਾ ਸੀ ਵਿਖਾਉਣਾ ਭਾਈ ਸਾਹਿਬ ਉਹਨੇ ਵਿਕਟ ਸੈੱਟ ਕੇ ਸਾਡੀ ਪਰੇ ਮਾਰੀ ਆ ਪੁੱਟ ਦਿੱਤੀ ਆ ਤਿੰਨ ਲਗਾਤਾਰ ਵੀ ਯਾਰ ਪਿੱਛੋਂ ਰਹਿ ਗਈ ਸੀ ਅੱਗੇ ਮੈਨੂੰ ਪਤਾ ਹੀ ਨਹੀਂ ਸੀ ਇਹਨੇ ਵਿਕਟ ਪੁੱਟ ਦੇਣੀ ਆ ਬਣਦੀ ਪਈ ਭਾਈ ਤੇਰੀ ਜਿਹੜਾ ਤੂੰ ਨੂਰ ਕਰਨਾ ਹੋਵੇ ਮੈਂ ਜੁੱਤੀਆਂ ਮਾਰਨੀਆਂ ਸੀ ਅੱਜ ਲੱਗਦੀਆਂ ਪਈਆਂ ਸੀ ਨਾ ਮੇਰੀਆਂ ਬਹੁਤ ਅੱਛਾ ਖੇਲ ਲਿਆ ਸੀ ਤੂੰ ਕਾਲਾ ਪੈ ਗਿਆ ਕਾਲਾ ਹੋ ਗਿਆ ਵਾਈਟ ਹੋ ਗਿਆ ਜੀ
ओए ओए आउट नहीं होना, तू आउट नहीं हो सकता इन्हों को। वाइट बॉल सिद्धू शटर ला जरा ठहर के चला जाइए। बाहर टुकियां तो किदा की करना मैंने करना। हां आ जाओ फिर सारे विकेट हसन। ओ हां हसन तू ना जाइए अजय। हां एवे ही ओ यार दस यार सब विकटा पिछू आप हरना हो रोला नहीं है। चार ओवर चाहिए सानू 70 स्कोर तो लाता पेसर और एक बॉल डॉट। नहीं नहीं काई नहीं छाड़ दे तू छक्का खा। ओ वेला तेरी साइड लब गया। ओ इन्हे ना मुने तेरा अपन गां करनी शुरू कर लेनिया वे पिछों ते बोलते रहेंगे छक्का किदा लावा। लड़ पे आ जी साढ़े हजे मुंडे ने एक ही चौका मारिया वा ते दाने गैंगस्टर होने लड़ पे। हाँ जी ते चौका इन्होंने लिया छड़ ते आपस में लड़ लिया इन्होंने अगली गेंद फिर आ गई। आ क्या ड्रॉप हो गया ते ना कोई चीज ते ना गल ना बैज ते क्या छुट गया सारा वीर दा। ओ भाई साहब सट मार लो कोई कल नूं ते फिर फील्डिंग करनी पैनी उहने। ओ दाने कल तो साडे लिगा इहनूं कहिंदे पेसर। ला अठारह गेंदा चाहिए वा। हाँ जी शराफत अली अंजम कीपर आ मुखालफ टीम दे सानू 18 गेंदा चाहिए हूँ स्कोर 63 ही चाहिए बकायदा। तो ठीक है फिर हम वेखते क्योंकि कैनी आया ओवर से वाइट बाल। हाँ हाँ वाइट ही हो कैनी ने जी बाल कराई आ कैनी की लिंब कहनी सार ने स्टार नहीं स्टार नहीं स्टार सामने छक्का बज जाना सी राम नाल डांट करोगे तो यार हार जाएंगे आप जियो कैनी स्टार स्टार शाबा शाबा मेरे ना लड़ी ना वैसे सीधा बैट पाया नू सीधा बिगड़ जा लाई लाई उठे इतनी देर नहीं नहीं स्टार खलो के मार यार हसी जाई। ओए यार आउट आउट कैच 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 एक बारी फिर कैच करता छड़ ओ सा दो ले लो हां दूसरा दियो यहां का सा जाई बड़ा तगड़ा प्रेशर हुंदा वा। चार गेंदा चार के ना दो लग गया स्कोर ही नहीं लगन दिया वाइट हो गया। हाँ जी हाँ इन्हों का दाना गैंगस्टर कप्तान आउट हो गया। लास्ट विकेट आ गई है एक बच्चा ते होर सब कौन कुछ नहीं रहा ते देख दे उदी बैटिंग। मैच स्वाद आ गया वा निके जे बच्चे ने इन्हां दी बंद कर दी खास कर रोडे दी फील्डिंग सारी उत्ते लै ली इन्होंने। हसन हसन वेला तू उन्हां दी गली च छक्के मार दा तू इत्थे मार लैने घबराई ना और रोडे को मैच जितना सी नो दादी रोला पाउंदे रहे ते नो सीधी सीधी कराई खामोश 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 हो जाओ आ जा मैच गया हारे साडे निक्का प्लेयर टाइम आउट हो गया।
ਹੁਣ ਸਾਨੂੰ ਬਾਹਾਂ ਚੜਨ ਦੀਆਂ ਸਾਨੂੰ ਹੁਣ ਬਾਹਾਂ ਚੜਨ ਦੀਆਂ ਵਾ ਤੇ ਸਾਡੀ ਲੱਗ ਹਟੀ ਆ ਜੀ। ਮੈਚ ਗਏ ਅਸੀਂ ਹਰ ਪਹਿਲਾਂ ਵੀ ਹਾਰ ਗਏ ਸੀ ਅਲਹਮਦੁਲਿਲਾ, ਅੱਜ ਅਸੀਂ ਦੂਆ ਵੀ ਹਾਰ ਗਏ ਹਾਂ ਤੇ ਇੱਥੇ ਆਪਾਂ ਵਲੋਗ ਦਾ ਐਂਡ ਕਰਦੇ ਹਾਂ। ਠੀਕ ਹੈ ਯਾਰ, ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਲਾਈਕ ਜ਼ਰੂਰ ਕਰਨਾ ਤੇ ਮਿਲਦੇ ਹਾਂ ਆਪਾਂ ਨੈਕਸਟ ਵਲੋਗ 'ਚ। ਓਕੇ ਫਿਰ ਰੱਬ ਦੇ ਵਾਲੇ।